ਤੇ ਫਾਈਨਲੀ ਸਾਡਾ ਅੰਕੁਸ਼ ਭਰਾ ਆ ਗਿਆ ਸਾਡੇ ਘਰੇ। ਫੋਨ ਤੇ ਲੱਗਾ ਆ ਬੈ, ਇੱਧਰ ਦੇਖ ਲੈ ਕੀ ਕਹਿੰਦੀ ਹੈ ਨਾ ਅੰਕੁਸ਼। ਤੇ ਬਾਕੀ ਤੁਹਾਨੂੰ ਅੱਗੇ ਆ ਕੇ ਦਿਖਾਉਂਦੇ ਹਾਂ, ਫਿਲਹਾਲ ਗਲੀ 'ਚ ਮੋੜ ਲਈਏ, ਚਲੀਏ। ਚਲੋ ਮਹਾਰਾਜ, ਚਲੋ ਫਿਲਹਾਲ ਨਹੀਂ ਰਹੀ ਆ ਰਿਹਾ, ਤੇ ਚਲੋ ਫਿਰ ਆਪਾਂ ਅੱਗੇ ਮਿਲਦੇ ਹਾਂ। ਅਤੇ ਹੁਣ ਹੀ ਆਪਾਂ ਨਾਈਟ ਆਊਟ 'ਤੇ ਨਿਕਲਿਆ ਅੰਕੁਸ਼ ਨਾਲ, ਮੈਂ ਜਿਮ ਤੋਂ ਮੈਨੂੰ ਲੈਣ ਆਇਆ ਸੀਗਾ ਅੱਜ, ਅਤੇ ਮੈਂ ਉੱਥੇ ਸ਼ੂਟ ਨਹੀਂ ਕੀਤੀ। ਬਾਕੀ ਕਿੱਥੇ ਜਾਣਾ ਘੁੰਮਣ? ਆਪਾਂ ਹੁਣ ਰਾਤ ਦੇ ਟਾਈਮ ਕਿੱਥੇ ਜਾਈਏ ਦੱਸ? ਕਿਸ਼ਨ ਸਵੀਟ 'ਤੇ ਮੇਨ ਰੋਡ 'ਤੇ ਤਾਂ ਫਿਲਹਾਲ ਅਸੀਂ ਘੁੰਮਦੇ ਪਏ ਹਾਂ, ਅੱਗੇ ਪਿੱਛੇ ਤੁਹਾਨੂੰ ਦੇਖੀ ਰਿਹਾ ਹੋਊਗਾ। ਇਹਦੀ ਅਗਲੀ ਬ੍ਰੇਕ ਲੱਗਦੀ ਹੈ, ਪਿਛਲੀ ਬਿਲਕੁਲ ਹੀ ਨਹੀਂ ਹੈਗੀ। ਠੀਕ ਹੈ, ਮੇਰੇ ਹੱਥ ਫੜਾ ਤਾ ਇਹਨੇ ਜੋ ਵੀ ਹੈਗਾ। ਬਾਕੀ ਸਾਡਾ ਹਲੇ ਚੱਲ, ਫਿਲਹਾਲ ਸਾਡਾ ਕੋਈ ਟਿਕਾਣਾ ਨਹੀਂ ਹੈਗਾ, ਅਸੀਂ ਦੇਖ ਰਹੇ ਕਿੱਧਰ ਜਾਈਏ। ਚਲੀਏ ਫਿਰ ਠੇਕੇ 'ਤੇ, ਆਓ ਦੂਰ ਕਾਹਤੇ ਜਾਣਾ। ਆ ਲਓ ਜੀ, ਆਪਾਂ ਆਵੇ ਹਨੇਰੇ 'ਚ ਕੀ ਬਣਦੀ ਗੱਲ। ਮੈਂ ਕਹਿੰਦਾ ਕੁਛ ਫਲਾਈ ਓਵਰ 'ਤੇ ਵਾੜ ਲਈਏ, ਫਲਾਈ ਓਵਰ 'ਤੇ ਵਾੜ ਲੈਂਦੇ, ਕੱਲ੍ਹ ਸਵੇਰੇ ਘਰ ਪਹੁੰਚਾਂਗੇ। ਇੱਕ ਚੀਜ਼ ਦੀ ਇਹਨੂੰ ਲੱਤ ਲੱਗੀ ਹੋਈ ਹੈ, ਵਿਚਾਰਾ ਹਟਾ ਨਹੀਂ ਪਾ ਰਿਹਾ, ਮਜਬੂਰ ਹੋ ਗਏ ਥੋੜ੍ਹੇ। ਇਹਦੇ ਨਾਲ ਰਹਿ ਰਿਹਾ ਕੀ ਹੋਇਆ ਭਰਾਵਾ ਸਾਡਾ ਕੰਮ? ਕੋਈ ਨਹੀਂ, ਮੇਰੀ ਐਡੀਟਿੰਗ ਵਧੂਗੀ, ਆਪਾਂ ਵਧਾ ਲਾਂਗੇ। ਹੋਰ ਇਹੀ ਹੈ, ਆਦਤ ਪਾਣੀ ਪੈਣੀ, ਕੀ ਕਰੀਏ, ਐਡੀਟਿੰਗ ਦੀ ਆਦਤ ਪਾਣੀ ਪੈਣੀ। ਆਹ ਫੋਨ ਇਹਦੇ ਵਿੱਚ ਫਲੈਸ਼ ਜਗਾਊਗਾ ਹੁਣ ਆਪਣੇ ਵਾਸਤੇ। ਬਾਕੀ ਫੋਨ ਫਿਲਹਾਲ ਆਪਾਂ ਸੁਪਨਾ ਲਗਾਇਆ। ਅੱਛਾ ਜੀ, ਫਿਲਹਾਲ ਆਪਾਂ ਸਾਹਮਣੇ ਪਹੁੰਚ ਜਾਣਾ, 10,000 ਵਾਪਸ ਚੱਲੀਏ, ਕੀ ਕਰਨਾ? ਓਏ ਚੁੱਪ ਕਰ ਜਾ, ਮੈਨੂੰ ਐਡੀਟਿੰਗ ਜ਼ਿਆਦਾ ਕਰਨੀ ਪੈ ਜਾਣੀ ਮੈਨੂੰ। ਅਤੇ ਹੁਣ ਫਿਰ ਕਿੱਥੇ ਜਾਣਾ? ਲੋਕ ਬੰਦ ਕਰੋ, ਆਪਾਂ ਕੋਈ ਖਾਣ ਪੀਣ ਦੀ ਜਗ੍ਹਾ ਲੱਭਦੇ ਫਿਰ। ਲੋਕ ਬੰਦ ਕਰਨ ਵਾਸਤੇ ਕਹਿ ਰਹੇ, ਇਹ ਚੀਜ਼ ਨਹੀਂ ਕਹਿਣੀ ਯਾਰ, 5 ਮਿੰਟ ਦੇ ਬੰਦ ਕਰ ਲਓ। ਉਹ ਭਰਾਵਾ ਇਹ ਚੀਜ਼ ਬਹੁਤ ਖਤਰਨਾਕ। ਇੱਥੇ ਸੀਨ ਕੀ ਹੋਇਆ, ਇੱਥੇ ਇਹਨਾਂ ਨੇ ਬਜਰੀ ਸੁੱਟੀ ਹੋਈ ਹੈ, ਅਤੇ ਅਸੀਂ ਉੱਧਰੋਂ ਦੀ ਟੱਪ ਗਏ। ਓਏ ਚੱਲੀਏ ਯਾਰ ਕਿਸੇ ਦਿਨ ਚੰਡੀਗੜ੍ਹ, ਮੈਂ ਤਾਂ ਨਾਲ ਪਲਾਨ ਕੀਤਾ ਚੰਡੀਗੜ੍ਹ ਜਾਣ ਦਾ। ਦੱਸ ਸਾਰਾ ਬਲੌਗ ਉੱਥੇ ਦਾ ਬਣਾਉਣਾ, ਦੇਖ ਲਈ ਦੇਖ ਲਾ। ਹਾਂ ਪੱਕੀ ਗੱਲ ਆ। ਚਲੋ ਫਿਰ ਆਪਾਂ ਚੰਡੀਗੜ੍ਹ ਦਾ ਪਲਾਨ ਕਰ ਰਹੇ ਹਾਂ, ਸਕਸੈਸਫੁੱਲ ਹੁੰਦਾ ਕਿ ਨਹੀਂ ਹੁੰਦਾ ਉਹ ਅੱਗੇ ਜਾ ਕੇ ਦੇਖਾਂਗੇ। ਹਾਂ ਬਾਕੀ ਚਲੋ ਕੋਈ ਟਿਕਾਣੇ 'ਤੇ ਜਾ ਕੇ ਮਿਲਦੇ ਹਾਂ, ਹਾਲੇ ਤਾਂ ਕੁਛ ਵੀ ਨਹੀਂ ਹੈਗਾ। ਬਾਕੀ ਮੇਨ ਰੋਡ ਹੈ, ਲੇਟ ਬਹੁਤ ਬੁਲਾਇਆ, ਟਰੱਕ ਵਗੈਰਾ ਚੱਲ ਰਹੇ ਆ, ਅਤੇ ਆਪਾਂ ਟਰੱਕਾਂ ਨਾਲ ਚੱਲ ਰਹੇ ਹਾਂ। ਟਰੱਕ ਵਿੱਚ ਨਾ ਵਾੜ ਦੇ, ਧਿਆਨ ਮੇਰਾ ਵਲੌਗਿੰਗ 'ਚ ਹੈ ਅਤੇ ਟਰੱਕ ਦੇ ਨਾਲ ਨਾਲ ਸੀਗੇ। ਬਾਕੀ ਚਲੋ ਫਿਰ ਮੈਨੂੰ ਜਿਮ ਤੋਂ ਚੱਕਿਆ, ਹਾਲੇ ਕੁਝ ਪਤਾ ਹੀ ਹੈ। ਬਾਕੀ ਹਾਂ ਚਲੋ ਫਿਰ ਅੱਗੇ ਜਾ ਕੇ ਮਿਲਦੇ। ਫਿਲਹਾਲ ਦੇਖੋ ਪਸੀਨਾ ਵੀ ਆ ਰਿਹਾ ਮੈਨੂੰ, ਪਸੀਨਾ ਤੋਂ ਤਾਂ ਆ ਰਿਹਾ ਕਿਉਂਕਿ ਜਿਮ ਤੋਂ ਮੈਂ ਸਿੱਧਾ ਇੱਧਰ ਆ ਗਿਆ, ਨਾ ਮੂੰਹ ਧੋਣ ਦਿੱਤਾ। ਚਲੋ ਠੀਕ ਹੈ, ਇਹਦੇ ਕਹਿਣ ਨਾਲ ਵਲੌਗ ਬੰਦ ਕਰ ਰਿਹਾ, ਨਹੀਂ ਤਾਂ ਮੈਂ ਨਹੀਂ ਕਰਦਾ। ਅੱਛਾ ਜੀ, ਚਲੋ ਇੱਦਾਂ ਵੀਡੀਓ ਬਣਦੀ ਨਾ, ਇਹ ਆਪਾਂ ਪਿੱਛੇ ਗਾਣਾ ਲਗਾ ਦੇਣਾ ਬੈਕਗਰਾਊਂਡ ਮਿਊਜ਼ਿਕ, ਇਹ ਮਿਊਟ ਕਰਕੇ ਅਤੇ ਜਿੱਥੇ ਆਪਾਂ ਪਹੁੰਚਾਂਗੇ ਉੱਥੇ ਫਿਰ ਫਰੰਟ ਕੱਢ ਲਾਂਗੇ ਆਪਣਾ। ਭਰਾ ਨੂੰ ਵਲੌਗਿੰਗ 'ਚ ਲੈਣਾ, ਛੋਟੀ ਮੋਟੀ ਗੱਲ ਆ ਕੋਈ? ਅਤੇ ਗਾਈਸ ਮੇਰਾ ਇੱਧਰਲੀ ਸਾਈਡ ਹੈਗਾ ਘਰ, ਘਰ ਆਪ ਮੈਂ ਸ਼ਾਇਦ ਤੁਸੀਂ ਮੇਰਾ ਪੁਰਾਣਾ ਵਲੌਗ ਦੇਖਿਆ ਸੀਗਾ ਨਾ, ਜਿਹਦੇ ਵਿੱਚ ਮੈਂ ਆਪਣਾ ਓਲਡ ਹਾਊਸ ਦਿਖਾਇਆ ਸੀ, ਉੱਥੇ ਹੁਣ ਦਾਦੀ ਚਾਚੂ ਚਾਚੀ ਰਹਿੰਦੇ ਆ, ਅਤੇ ਮੈਂ ਉੱਥੇ ਗਿਆ ਸੀਗਾ। ਇਹੀ ਮਤਲਬ ਕਿ ਜਗ੍ਹਾ ਹੈਗੀ, ਆਪਾਂ ਆਹ ਗਲੀ ਦੇ ਵਿੱਚੋਂ ਨਿਕਲਦੇ ਹਾਂ। ਬਾਕੀ ਫਿਲਹਾਲ ਆਪਾਂ ਚੱਲ ਰਹੇ ਹਾਂ ਅਤੇ ਦੇਖਦੇ ਹਾਂ, ਅਤੇ ਇਹਨੂੰ ਫੋਨ ਆ ਗਿਆ, ਚਲੋ ਬਾਅਦ 'ਚ ਮਿਲਦੇ ਹਾਂ। ਇਹਨੂੰ ਇੱਥੇ ਵੀ ਪਬਜੀ ਵਾਲਿਆਂ ਦੇ ਫੋਨ ਆ ਰਹੇ ਆ। ਆਪਾਂ ਇੱਧਰ ਆ ਗਏ ਹਾਂ ਹਿਮਾਲਿਆ ਬੈਕਰੀ ਆ ਗਏ, ਅਤੇ ਹੁਣ ਆਪਾਂ ਇੱਧਰੋਂ ਚੱਲਦੇ ਹਾਂ। ਹੁਣ ਆਪਾਂ ਇੱਧਰੋਂ ਕਿੱਧਰੋਂ ਜਾਣਾ ਅੰਕੁਸ਼? ਇੱਧਰ ਚੱਲੀਏ, ਅਤੇ ਚਲੋ ਫਿਰ। ਇਹਨੂੰ ਮੈਂ ਕਿਹਾ ਤੂੰ ਬਣਾਉਂਦਾ ਹੀ ਨਹੀਂ ਪਿਆ, ਕਹਿੰਦਾ ਮੇਰੇ ਤੋਂ ਨਹੀਂ ਬਣਨੀ।
ਬਾਕੀ ਇਹ ਆਪਾਂ ਆ ਗਏ ਆ ਕਿ ਜੰਨਾ ਮੇਰੇ ਬਾਰੇ ਮੈਂ ਕੁਝ ਨਹੀਂ ਕਿਹਾ ਮੈਂ ਕੁਝ ਨਹੀਂ ਕਿਹਾ ਇਹ ਆਪਣਾ ਕਿਹੜਾ ਹਸਪੀਟਲ ਆ ਜਾਂਦਾ ਰਾਮਚਰੀ ਹਸਪੀਟਲ ਨਹੀਂ ਰਾਮਚਰੀ ਨਹੀਂ ਯਾਰ ਯੂਐਸਪੀਸੀ ਦੱਸ ਓਏ अपना रूट इतना टीपी फूड आता है जाना गाइस स्ट्रगल देखना चाहोगे एक फिलहाल ऐसी दिखा सकता हूँ बाकी हाँ कोई स्टॉप लगेगा वहाँ आपको रुक के अच्छे से दिखाएंगे फिलहाल तो कंटिन्यूसली ऐसे ही चल रहा है बाकी कुछ कहना चाहूँगा हम कुछ मेरे को कह रहा आपने शायद पिछले व्लॉग में देखा था ना इसने मेरे को कहा कि तूने मेरे को बीच में थोड़ा सा लिया मैंने कहा तू नेक्स्ट टाइम आ जा तेरे पूरी व्लॉगिंग करेंगे अभी ये आज आया जिम से उठाया इसने मेरे को सीधा ही बाकी कितने जाना यार ओए फोन डिगना थी नहीं मेरा बस अब ये हम बस्ती वाली साइड आए हुए हैं बस्ती फिलहाल यार चलो मैं तुम फिर पहुँच के दिखाना फिलहाल एक्टिवा चलानी थोड़ी जी दिक्कत आ रही है देख ला होनी ना की है ते चलो फिर आप फिर मिलते हैं आगे ठीक है फिलहाल आप हाईवे हाँ हाँ चल नहीं भी दिखा आवाज तो आ गई फिलहाल अंकुश के प्लान बने आ जगह से ठीक है ओके आ जगह से डर तो मेनू भी लगता है मेरी मम्मी भी देखती है व्लॉग ते नहीं शरीफ मुंडा नहीं समझते वो बस ये होंगे ना मौके से एडिटिंग करते टाइम हाले कॉन्सनट्रेट कर रहे हैं एक्टिवा चलाने से चलो ओके ओके बाय आप कुछ और जा रहे हैं देख रहे हैं अगे देखना पैसा बाय 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 इतनी घंटों के बाद अंकुश के साथ हाँ अंदर जाके दिखाना बहुत ज़्यादा सेक्सी बनया है तुम अंदर जाके दिखाऊंगा बाकी फिलहाल आप रोड से खड़े हुए हैं तो चलिए अंदर चलो यार मैं तो फिर अंदर जाने का प्लान भी लाता पिया चलो फिर तुम अंदर आके पूरा प्रोपर दिखाऊंगा बहुत सही बनेगा अंकुश भाजी फोन च लगे हो ये अपना मेन्यू है असी अपना ये वाला दिता है ते शेक ये कहता कुड़ियों वाला लेना है स्ट्रॉबेरी शेक फिलहाल भरा पिज्जा लाया शेक अपने पहला आ गए थे मुझे पानी आ गया है शेक अपना आ गया बाकी पिज्जा कर ला भरावा स्टार्ट रील ही चलान लग पे अपनी एक अपना पिज्जा लगा है एक बार आज भी फिर देखते
ਬਸ ਲੱਗੇ ਹੋਏ ਤਿਆਰੀ ਚ ਲੱਗੇ ਨੂੰ ਲੱਗੇ ਨੂੰ ਦੁਕਾਨ ਵਾਲੇ ਬੰਦ ਕਰਨਾ ਇਹ ਸ਼ੌਪ ਬੜੀ ਘੈਂਟ ਬਣਾਈ ਉਹ ਸੋਣੀ ਇਹ ਭਰਾਵਾ ਬਿਨਾਂ ਚੇਅਰਸ ਤੋਂ ਯਾਰ ਪੀਜ਼ਾ ਖਾਈ ਜਾਂਦਾ ਮੇਰੇ ਤੋਂ ਦੱਸ ਯਾਰ ਮੂਡ ਹੀ ਖਰਾਬ ਕਰੀ ਜਾਂਦਾ ਮੇਰਾ ਭਰਾ ਜਿੰਨੀ ਵਧੀਆ ਸ਼ੌਪ ਆ ਉਨੇ ਹੀ ਤਕੜੇ ਰੇਟ ਆ ਮੈਨੂੰ ਵੀ ਖਾ ਲਏ ਮੈਨੂੰ ਵੀ ਪਤਾ ਲੱਗ ਜਾਂਦਾ ਚਲੋ ਠੀਕ ਆ ਮਿਲਦੇ ਹਫਸ਼ਿਆਂ ਵਾਂਗੂ ਖਾਂਦਾ ਪਿਆ ਫਿਲਹਾਲ ਉਹਨਾਂ ਨੇ ਸਾਨੂੰ ਕਹਿ ਦਿੱਤਾ ਭੱਜ ਜਾਓ ਇੱਧਰੋਂ ਅਤੇ ਫਿਰ ਨਿਕਲਦੇ ਆਪਾਂ ਅੱਧੇ ਘੰਟੇ ਆਰਾਮ ਨਾਲ ਸ਼ੇਕ ਚੁੱਕ ਇਹ ਬੰਦੇ ਨੇ ਲੇਟ ਕਰਾਇਆ ਅਤੇ ਮੈਂ ਬੋਲਿਆ ਭਾਈ ਨੂੰ ਮੈਂ ਕਿਹਾ ਮੈਂ ਇੰਨੇ ਲੇਟ ਕਰਾਇਆ ਕਹਿੰਦਾ ਸਰ ਤੁਹਾਡਾ ਜਲਦੀ ਕਰ ਲਓ ਮੈਂ ਚਲੋ ਠੀਕ ਸਰ ਕਰ ਦਿੰਦੇ ਹੁਣ ਵਿਚਾਰ ਚੁੱਪ ਕਰ ਬੈਠਾ ਹੈ ਉਹਨਾਂ ਨੇ ਅੰਕੁਸ਼ ਨੂੰ ਕਿਹਾ ਭੱਜ ਜਾ ਭਰਾਵਾ ਉਹ ਰਾਮ ਨੇ ਮੈਨੂੰ ਇਕੱਲੇ ਨੂੰ ਨਹੀਂ ਕਿਹਾ ਭਰਾਵਾ ਤੈਨੂੰ ਵੀ ਕਿਹਾ ਹੈਗਾ ਵਾ ਇੱਕ ਫਲੈਸ਼ ਦੋ ਮਿੰਟ ਰਾਮ ਨਾਲ ਲਾ ਅੱਗੇ ਚੱਲ ਫਲੈਸ਼ ਹੁਣ ਕਰ ਭਰਾਵਾ ਦੇਸੀ ਫੋਨ ਹੈ ਭਰਾਵਾ ਇੰਨਾ ਤਕੜਾ ਫੋਨ ਹੈ ਬਾਕੀ ਡਕਾਰ ਆ ਗਿਆ ਅੰਕੁਸ਼ ਅਗਲੀ ਵਾਰੀ ਵੀ ਆ ਰਿਹਾ ਆਪਣੇ ਨਾਲ ਚਲੋ ਤੁਹਾਨੂੰ ਉਹ ਅਗਲਾ ਬਲੌਗ ਤੁਹਾਨੂੰ ਅਗਲੀ ਵਾਰੀ ਪਤਾ ਲੱਗੂਗਾ ਕਦੋਂ ਆ ਰਿਹਾ ਕਿਉਂ ਆ ਰਿਹਾ ਹਾਂ ਕਿਉਂ ਆ ਰਿਹਾ ਰੀਜ਼ਨ ਬਾਕੀ ਫਿਰ ਇੱਥੇ ਐਂਡ ਕਰਦੇ ਹਾਂ ਜਾਂਦੇ ਹੋਏ ਵਲੌਗ ਨੂੰ ਅਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਕਰਿਆ ਕਿ ਮਿਲਦੇ ਹਾਂ ਹਲੇ ਕਲਾ ਮੇਰੇ ਚਾਹੇ ਕਰਦੀ ਹੋਈ ਯਾਰ ਕਰ ਜ਼ਰੂਰ ਦੀ ਅੰਕੁਸ਼ ਕਰਾਊਗਾ ਆਪਣੇ ਘਰੋਂ ਮੈਂ ਇੱਥੇ ਰੁਕੀ ਦੋ ਮਿੰਟ ਆਪਾਂ ਮੇਰੀ ਮੰਮੀ ਦਾ ਫੋਨ ਆਇਆ ਪਕੌੜੀਆਂ ਲੈ ਲਾ ਓਕੇ ਸ਼ੋਪ 'ਤੇ ਅਤੇ ਚਲੋ ਫਿਰ ਮੈਂ ਐਂਡ ਕਰਦਾ ਫਿਰ ਅੰਕੁਸ਼ ਜਾ ਰਿਹਾ ਅਤੇ ਆਪਾਂ ਵੀ ਚੱਲੀਏ ਸ਼ੇਕ ਫੋਨ ਆ ਗਿਆ ਭਰਾਵਾ ਕਹਿੰਦੇ ਕਿੱਥੇ ਰਹਿ ਗਿਆ ਮੈਂ ਬਸ ਹੁਣ ਕਿਸੇ ਨੇ ਜੁੱਤੀਆਂ ਮਾਰ ਕੇ ਬਾਹਰ ਕੱਢਿਆ ਸੀ ਦੁਕਾਨ ਤੋਂ ਹਾਂ ਜੁੱਤੀਆਂ ਪਈਆਂ ਇਹਨੂੰ ਅਤੇ ਫਿਰ ਨਿਕਲਦੇ ਹਾਂ ਆਪਾਂ ਚਲੋ ਤੂੰ ਵੀ ਨਿਕਲ ਮਿਲਦੇ ਹਾਂ ਆਪਾਂ ਓਕੇ ਬਾਏ ਓਕੇ ਬਾਏ ਵਲੌਗ ਆਊਗਾ ਤੈਨੂੰ ਇੱਕ ਅੱਧੇ ਦਿਨ 'ਚ ਆਊਗਾ ਨਹੀਂ ਭਰਾਵਾ ਪਾਰੇ ਤੂੰ ਐਂ ਨਹੀਂ ਹੁਣ ਕਿੱਦਾਂ ਪਾਉਂਗਾ ਬਾਏ 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 ਚਲੋ ਜੀ ਆਪਾਂ ਵੀ ਘਰ ਪਹੁੰਚੀਏ ਫਿਰ ਆਪਣੇ ਬਾਕੀ ਦੇਖਦੇ ਹਾਂ ਓਕੇ